ਨਮਾਜ਼ ਦੇ ਜੁਮਾ ਪਏ ਤਾਂ ਇਸ ਤਰ੍ਹਾਂ ਮੈਂ ਆਈ ਗਿਆ ਜੀ ਜੁਮਾ ਬਾਜ਼ਾਰ ਰੋਡਾਂ ਦੇ ਸੈਂਟਰ ਵਿੱਚ ਸਬਜ਼ੀ ਵਿਕੀ ਰਹੀ ਆ ਬੋਲੀਆਂ ਮਾੜੀ ਮਾੜੀ ਦਾ ਛੱਡਦੇ ਜਾ ਰਹੇ ਹੋ ਇਨਸ਼ਾਅੱਲਾ ਸ਼ੇਰੂ ਜੱਟ ਫਸ ਗਿਆ ਜੀ ਰੈਸ਼ ਵਿੱਚ ਜੁਮੇ ਤੋਂ ਬਾਅਦ ਜਾ ਕੇ ਰੌਣਕਾਂ ਕੁਛ ਕੁਛ ਬਾਜ਼ਾਰਾਂ 'ਚ ਲੱਗੀਆਂ ਸਾਰੀਆਂ ਬਾਜ਼ਾਰਾਂ 'ਚ ਨਹੀਂ ਲੱਗੀਆਂ 20 ਸਾਲਾਂ ਬਾਅਦ ਹੁਣ 5 ਸਾਲਾਂ ਦੇ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਉਮੀਦ ਕਰਨਾ ਸਾਰੀ ਠੀਕ ਠਾਕ ਸੋ ਖੁਸ਼ਬਾਸ਼ ਸੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਿਸ਼ ਵੀਰ ਸਤਿ ਅਕੀਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅੱਜ ਸੋਹਣੀ ਖਿਦਮਤ ਫਿਰ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਕਨੀਤ ਹੈ ਮੌਸਮ ਜਿਹੜਾ ਜੀ ਅੱਜ ਇੰਤਹਾਈ ਖੂਬਸੂਰਤ ਹੈ ਪਿਆਰਾ ਕਾਫੀ ਦਿਹਾੜੀਆਂ ਤੋਂ ਬਾਅਦ ਦੁਬਾਰਾ ਝੜ ਪੈਣਾ ਸ਼ੁਰੂ ਹੋਏ ਪਰ ਝੜ ਜਿਹੜੇ ਹੈ ਜੋ ਉਹ ਵੈਸੇ ਹੀ ਹੈ ਠੰਡੇ ਮੌਸਮ ਆ ਦੇ ਤਾਂ ਬਾਕੀ ਅੱਗੇ ਸੋ ਕਿ ਅਸਾਂ ਇੱਥੋਂ ਚੱਕ ਕਰਾਉਣੇ ਹੋਣੇ ਸਾਂ ਆਪਣਾ ਗ੍ਰਾਂ ਅੱਜ ਕੱਲ੍ਹ ਸਾਰਾ ਗ੍ਰਾਂ ਛੱਪਿਆ ਵਾ ਮੱਕਿਆਂ ਨੇ ਪਿੱਛੇ ਗ੍ਰਾਂ ਚੱਕ ਕਰਾਉਣੇ ਉਸਦਾ ਵੀ ਅਸਾਂ ਕਿ ਬਾਹਰ ਜਾਣਾ ਪੈਣਾ ਤਾਂ ਮੱਕ ਇਸ ਵੇਲੇ ਫੁੱਲ ਰੈਡੀ ਹੋਈ ਹੈ ਦਾਣੇ ਛਾਣੇ ਸੀਪੇ ਖੁੰਮਾਂ ਛੁੰਮਾਂ ਬਣਕੀਆਂ ਹੋਈਆਂ ਤਾਂ ਮੱਕ ਜਿਹੜੀ ਹੈ ਜੀ ਉਹ ਮਾਸ਼ਾਲਾ ਬਹੁਤ ਹੀ ਪਿਆਰੀ ਆ ਮਿੱਠੀ ਆ ਰਾਤੀ ਖਾਧੀ ਸੀ ਆ ਥੋੜ੍ਹੀ ਜੀ ਪੂਰੀ ਨਹੀਂ ਲੱਭੀ ਆ ਉਹ ਅਸਾਂ ਜੀ ਖੂਹਾਂ ਪੰਟੀਆਂ ਸਨ ਉਹ ਇਹ ਤਾਂ ਹੂੰ ਪੰਟੀਆਂ ਸਨ ਅਸੀਂ ਡਿੰਡਰਾ ਨਜ਼ਰ ਚੜਾਉਂ ਸੀ ਆ ਖਾਲੀ ਉਸ ਨਾਲ ਕੋਈ ਹੈ ਖੁੰਮ ਛੁਮਕਣ ਲੱਗੀ ਤਾਂ ਬਾਕੀ ਆਦਾ ਰਸਤਾ ਬੰਦ ਹੋਈ ਗਿਆ ਇੱਥੋਂ ਅਸਾਂ ਨੀਚਾ ਢਲਣੇ ਹੁਣ ਅਸਾਂ ਇੱਥੇ ਪੈ ਗਈ ਆ ਮਿੱਟੀ ਭਰਾਈ ਵਾਲੀ ਤਾਂ ਵੇਖੋ ਨਾ ਬੱਕਰੀ ਦੀ ਖੁਰਾਕ ਬੱਕਰੀ ਖੁਰਾਕ ਖਾਧੀ ਕੋਣੀ ਉਹ ਵੀ ਇੱਥੇ ਨੀਚਾ ਪੈ ਗਿਆ ਉਹ ਵੀ ਛੋੜੀ ਗਿਆ ਅਪਰੂ ਪਲੂਸ ਖਾਧੀ ਆ ਬਾਕੀ ਜਿਹੜੀ ਨੀਚੇ ਆਇਆ ਸੀ ਨਾ ਮਿੱਟੀ ਵਾਲੀ ਉਹ ਉਸ ਛੱਡ ਦਿੱਤੀ ਆ ਪਿੱਛਾ ਜਿਹਾ ਬਾਰਿਸ਼ ਨੂੰ ਚੱਕ ਰਹੇ ਸੀ ਉਸ ਵੇਲੇ ਇਸ 'ਚ ਘਾਹ ਖਲਤਾ ਹੋਇਆ ਸੀ ਆ ਤਾਂ ਹੁਣ ਘਾਹ ਲੰਮਾ ਪਿਆ ਹੋਇਆ ਘਾਹ ਵੀ ਮੇਰਾ ਫੁੱਲ ਤਿਆਰ ਆ ਥੋੜ੍ਹਾ ਜਿਹਾ ਰਹੀ ਗਿਆ ਇੱਕ ਜਾਂ ਦੋ ਡੰਗ ਲੱਗ ਸਨ ਹੋਰ ਤਾਂ ਬਾੜੀ ਬਿਲਕੁਲ ਸਾਫ਼ ਸੁਥਰੀ ਹੋ ਗਿਆ ਸੀ ਫਿਰ ਇਸੀ ਅੱਲਾਂ ਛੱਲਾਂ ਵੀ ਚੱਲਣੇ ਨੇ ਕਾਬਲ ਹੋਈ ਜਾ ਸਨ ਕੁਝ ਘਾਹ ਇੱਦਾਂ ਖਸਾਂ ਖੱਲਾ ਕਰੀ ਰਿਹਾ ਤਾਂ ਕਿ ਸੀ ਕਿ ਬੱਤਰ ਨੀਚੂ ਨਾ ਲਗਾ ਤਾਂ ਇਹ ਹੋਰ ਸਿੱਜਣ ਨਾ ਤਾਂ ਕੇਲੇ ਨਾਲ ਬੂਟਾ ਵੀ ਉਹਨਾਂ ਨੀਚਾ ਲੰਮਾ ਪੈਣਾ ਪਿਆ ਕਿਉਂਕਿ ਇਸਨੇ ਪਰ ਵਜ਼ਨ ਕਾਫੀ ਜ਼ਿਆਦਾ ਹੋ ਗਿਆ ਕੇਲਿਆਂ ਨਾਲ ਜਿਉਂ ਜਿਉਂ ਇਸਨੇ ਪਰ ਵਜ਼ਨ ਜ਼ਿਆਦਾ ਹੋਣਾ ਜਾਂ ਸੀ ਤਾਂ ਇਹ ਨੀਚਾ ਢਹਿਣਾ ਸ਼ੁਰੂ ਹੋ ਜਾਂ ਸੀ ਆ ਅੱਗੇ ਸਾਰਾ ਟੁੱਠਾਵਾ ਨੀਚਾ ਮੈਂ ਵੀ ਐਵੇਂ ਖਲਤਾ ਹੋਇਆ ਕਿਸ ਤਰ੍ਹਾਂ ਸੋ ਫਾਈਨਲੀ ਇਸ ਤਰ੍ਹਾਂ ਮੈਂ ਪੁੱਛੀ ਆ ਜੀ ਫਾਤਮਾਬਾਦ ਬਾਜ਼ਾਰ ਮੋਟਰਸਾਈਕਲ ਅਸਾਂ ਰੋਜ਼ ਨਹੀਂ ਤਰ੍ਹਾਂ ਹਮੇਸ਼ਾ ਨਹੀਂ ਤਰ੍ਹਾਂ ਖਲਾਇਆ ਪਿੱਛੇ ਛਾਮਾ ਅੱਜ ਛਾਮ ਉਸ ਤਰ੍ਹਾਂ ਨਹੀਂ ਕੋਣੀ ਆ ਫਿਰ ਵੀ ਆ ਕੇ ਕਾਫੀ ਬਿਹਤਰ ਹੈ ਅੱਜ ਸਾ ਗੱਡੀ ਪਈ ਗਈ ਸੀ ਆ ਬੜੀ ਰਾਸਤਾ ਉਸ ਕਵਰ ਕਰੀ ਕਹਿੰਦਾ ਫੁੱਲਾਂ ਫੁੱਲ ਇੱਕ ਇੰਚੀ ਦਾ ਰਾਸਤਾ ਉਸ ਨਹੀਂ ਬੱਚਾ ਮੈਂ ਮੋਟਰਸਾਈਕਲ ਫਿਰ ਕਿੱਥੋਂ ਕਰਾਵਾਂ ਤਾਂ ਬਾਕੀ ਆ ਚੱਕ ਕਰੋ ਜੀ ਖਾਤਮਾਬਾਦ ਬਾਜ਼ਾਰ ਨਾ ਵੀਓ ਔਰ ਅਸਾਂ ਚੱਕ ਕਰੋ ਜੀ ਮਲਾਦ ਨਾ ਕੰਮ ਆਲਮੋਸਟ ਹੀ ਮੁਕੰਮਲ ਹੋਇਆ ਕਿਉਂਕਿ 4-5 ਦਿਹਾੜੇ ਰਹਿ ਗਏ ਝੰਡੀਆਂ ਛੰਡੀਆਂ ਇੱਥੇ ਨਾਲ ਲਾਈ ਹੋਈਆਂ ਲਾਈਟਿੰਗ ਸ਼ਾਟਿੰਗ ਇੰਨਾ ਕਰੀ ਹੋਈ ਆ ਬਾਕੀ ਦੋ ਫੁਹਾਰੇ ਰਹਿਣੇ ਉਹ ਤਿਆਰ ਕਰਸਣਾ ਫਿਰ ਕੰਮ ਆਲਮੋਸਟ ਹੀ ਮੁਕੰਮਲ ਹੋਈ ਜਾਸੀ ਹੈ ਬਾਕੀ ਇੱਥੇ ਸੋ ਤੱਕ ਸੋਣਾ ਆਵਾਮ ਆ ਛਾਵਾਂ ਲੋੜੀ ਆ ਕਿ ਅਸਾਂ ਆਪਣੇ ਮੋਟਰਸਾਈਕਲ ਛਾਵਾਂ ਖਿਲਾਓ ਮੈਂ ਮੋਟਰਸਾਈਕਲ ਸਹੀ ਖਿਲਾਉਣਾ ਸੀ ਆ ਪਰ ਗੱਡੀ ਗਿਆ ਇਹ ਖਲਤੀ ਸੀ ਆ ਤਾਂ ਸੋ ਤੱਕ ਇਸ ਰਸਤਾ ਪੂਰਾ ਦਾ ਪੂਰਾ ਹੀ ਕਵਰ ਕਰੀ ਜਾਂਦਾ ਬਾਕੀ ਆਵਾਮ ਇਲਾਕਾ ਵਿੱਚ ਜੇਰੀ ਆ ਨਮਾਜ਼ ਜੁਮਾ ਜਾਮੀਆ ਮਸਜਿਦ ਬਾਕੀ ਅਗਰ ਸਾਈਂ ਹਾਦਮਾਬਾਦ ਬਾਜ਼ਾਰ ਨਾ ਵਿਊ ਚੱਕ ਕਰਾਂ ਪੁਲੀ ਪਿੱਛੇ ਜਾ ਅੱਧੀ ਬਣਤੀ ਸੀ ਪੁਲੀ ਦਾ ਕੰਮ ਜਿਹੜਾ ਆਈ ਆ ਉਹ ਆਲਮੋਸਟ ਹੀ ਪੂਰਾ ਆਈ ਆ ਸੋ ਗਿਆ ਰੇਤ ਨਜ਼ਰ ਅੱਛੀ ਹੋ ਸੀ ਆ ਪੇ ਵੀ ਪਿੱਛਾ ਇਹਨਾਂ ਪੱਥਰ ਛੱਥਰ ਲਾਇਆ ਸੀ ਤਾਂ ਕਿ ਪੁਲੀ ਸਹੀ ਪੱਕੀ ਹੋ ਜਾ ਉਹਨਾਂ ਪੁਲੀ ਤੋੜੋ ਤੋੜ ਬਣੀ ਗਈ ਆ ਕੁਝ ਜਾਂਦੇ ਨਹੀਂ ਰਸਤਾ ਖੁੱਲ ਜਾ ਸੀ ਆਵਾਮ ਕੀ ਕੋਈ ਪਰੇਸ਼ਾਨੀ ਨਹੀਂ ਆਉਣਗੀ ਗੱਡੀਆਂ ਵਾਲੇ ਭਾਪੇ ਵੀ ਆਏ ਵੇ ਮਾਸ਼ਾਅੱਲਾ ਫਲ ਸ਼ਲ ਉਹਨਾਂ ਆਉਂਦੇ ਸੇਬ ਇਸ ਵੇਲੇ ਬਾਜ਼ਾਰੇ ਹੀ ਕਾਫੀ ਜ਼ਿਆਦਾ ਵਿਕੀ ਰਿਹਾ ਅੱਜ ਕੱਲ੍ਹ ਜੇ ਡਿਮਾਂਡ ਆ ਰਹਾ ਉਹ ਸਿੱਧਾ ਨਹੀਂ ਆ ਮਾਸ਼ਾਅੱਲਾ ਅਸਲਾਮ ਵਾਲੇਕਮ ਕਿਆ ਹਾਲ ਆ ਜੀ ਠੀਕ ਹੋ ਠੀਕ ਹੋ ਕਿਆ ਵੇਚੀ ਰਹੇ ਹੋ ਉਹ ਕਿਆ ਚਾਹ ਯਾਰ ਬਜਾਈ ਦੱਸੋ ਜੀ ਇਹ ਪਾਣੀ ਲਈ ਥੋੜ੍ਹੀ ਆਉਣੀਆਂ ਇਹ ਦੱਸਣੇ ਲਈ ਆਉਣੀਆਂ
ਅੱਗੇ ਕੁਛ ਵਜਾਇਆ ਉਹ ਉਸਤਾਦ ਪਿੱਛੇ ਗਿਆ ਡੇਰਾ ਸਭ ਜਾਂਚ ਸੀ ਹੋਰ ਸਭ ਜਾਂਚ ਕੋਈ ਸੀ ਉਸਤਾਦ ਜੀ ਇਹਨਾਂ ਕੋਈ ਜਾਂਚ ਦੱਸੋ ਨਾ ਇਹਨਾਂ ਉਹਨਾਂ ਨੇ ਵੱਜਣੇ ਜੀ ਇਹਨਾਂ ਕੀ ਜਾਂਚ ਸੀਣੀ ਪੈਸੀ ਆ ਤਾਂ ਫਿਰ ਹੋਸੀ ਆ ਤਾਂ ਵੈਸੇ ਨਹੀਂ ਹੋਣਗੇ ਇਹਨਾਂ ਭਾਪੇ ਆਉਂਦੇ ਜੇ ਸੇਬ ਦਾ ਬੁਨਾ ਭਾਪੇ ਨੂੰ ਆਉਂਦੇ ਵੀ ਆ ਸਬਜ਼ੀ ਤਾਂ ਸਬਜ਼ੀ ਜਿਹੜੀ ਆ ਨਾ ਉਹ ਮਿਰਚ ਆ ਬੈਂਗਣ ਹੈ ਉਸ ਤੋਂ ਬਾਅਦ ਕੱਦੂ ਹੈ ਅਸਲਾਮ ਵਾਲੇਕੁਮ ਪਹਿਲਾਂ ਜੀ ਠੀਕ ਹੋ ਸਿਹਤ ਠੀਕ ਹੈ ਅੱਲਾਹ ਦਾ ਸ਼ੁਕਰ ਅੱਲਾਹ ਦਾ ਸ਼ੁਕਰ ਕੁਦਰ ਆਇਓ ਅੱਜ ਪੜ੍ਹੀ ਆਇਓ ਜੀ ਆਪਣੇ ਜਸ ਹੈ ਦੁਆ ਕਰੀ ਡਾ ਕਰੋ ਠੀਕ ਹੈ ਜੀ ਫਿਰ ਇਨਸ਼ਾਅੱਲਾ ਗੱਪ ਹੋਣੀ ਆ ਇਹ ਸਾਰੇ ਪਾਪਾਗੜ ਜੀ ਸਲਾਮ ਖੈਰੀ ਜਿੱਥਾਂ ਆਏ ਖਦਮਾਬਾਦ ਬਾਜ਼ਾਰ ਨਮਾਜ਼ ਜੁਮਾ ਪੜ੍ਹਨੇ ਵਾਸਤੇ ਨਮਾਜ਼ ਜੁਮਾ ਹੀ ਜਾਂ ਟਾਈਮ ਰਹਿ ਗਿਆ ਆਖਰੀ ਲੰਫਾਤ ਰਹਿ ਗਏ ਮੈਂ ਜਾ ਜਾ ਸਾਂ ਇਹਨਾਂ ਭਾਪਿਆਂ ਨਾਲ ਜਾ ਸਾਂ ਇਹ ਭਾਪੇ ਗਿਆ ਸਨ ਤਾਂ ਇਹਨਾਂ ਦੇ ਪਿੱਛਾ ਮੈਂ ਹੋਸਾਂ ਤਾਂ ਜੇ ਇੱਥੇ ਹੀ ਖਲਤੇ ਰਹੇ ਤਾਂ ਫਿਰ ਸੋ ਇੱਥੇ ਹੀ ਹੋ ਫਿਰ ਮੈਂ ਉਧਰ ਲਗਾ ਜਾਂ ਟਾਈਮ ਚੰਗੀ ਗੱਲ ਹੈ ਲਗਾ ਜਾਂ ਜਾਂ ਥੋੜ੍ਹੀ ਦੇਰ ਜਾਂ ਖਲਾਂ ਹੋਰ ਇਹ ਗੱਲੇ ਵਿੱਚ ਸਰ ਜੁਸੋ ਸਰ ਜੁਸੋ ਹਾਂ ਦੱਸੋ ਕਿਆ ਲੈਣਾ ਨਮਾਜ਼ਾਂ ਤੋਂ ਬਾਅਦ ਜਾਂ ਨਮਾਜ਼ਾਂ ਤੋਂ ਪਹਿਲੋਂ ਨਮਾਜ਼ਾਂ ਤੋਂ ਪਹਿਲੋਂ ਜਾਂ ਨਮਾਜ਼ਾਂ ਤੋਂ ਬਾਅਦ ਫਿਰ ਠੀਕ ਹੈ ਦਿਮਾਗ ਹੀ ਨਾ ਕੰਮ ਕਰਨਾ ਹਾਜ਼ਰ ਹੈ ਜਾ ਮੈਂ ਕਹਤਾ ਤੂੰ ਭਾਈ ਫੇਰੀ ਫੇਰੀ ਦਾ ਪੂਰਾ ਹੋ ਗਿਆ ਹੋਇਆ ਖਤਮਾ ਵਾਧੂ ਹੈ ਬੰਦਾ ਅੱਛਾ ਜਿਸ ਦਿਮਾਗ ਕੰਮ ਕਰਨਾ ਹੋਇਆ ਤਾਂ ਜਿਸ ਦਿਮਾਗ ਨਹੀਂ ਨਾ ਕੰਮ ਕਰਨਾ ਫਿਰ ਹੋਰ ਕੁਦਰਾਈ ਜਾਣਾ ਠੀਕ ਹੈ ਮੈਂ ਫਿਰ ਜੁਲਾ ਤਸਾਂ ਵੀ ਆਈ ਜਾਏ ਇਹ ਲਾ ਮੈਂ ਉੱਥੇ ਇੰਤਜ਼ਾਰ ਹੀ ਕਰਨਾ ਰਹੇ ਜਾਂ ਤਾਂ ਬਾਕੀ ਸਾਰੇ ਚੈੱਕ ਕਰੀ ਕਹਿੰਦਾ ਜੀ ਬਾਜ਼ਾਰਾਂ 'ਚ ਸੂਰਤ ਹਾਲ ਇੱਥੇ ਹੁਣ ਰਸ਼ ਕਾਫੀ ਜ਼ਿਆਦਾ ਹੋਇਆ ਪਿਆ ਜਾਂ ਕਿ ਪੁਲੀ ਬੰਦੀ ਨਾਲ ਤਾਂ ਪੁਲੀ ਵਜ੍ਹਾ ਤੋਂ ਰਸਤਾ ਥੋੜ੍ਹਾ ਖਰਾਬ ਹੈ ਡਿਸਟਰਬ ਹੋਇਆ ਵਾ ਇਸ ਦੀ ਵਜ੍ਹਾ ਤੋਂ ਗੱਡੀਆਂ ਥੋੜ੍ਹੀਆਂ ਫਸੀਆਂ ਫਸੀਆਂ ਜਾਣੀਆਂ ਆ ਕੀ ਹਾਲ ਹੈ ਤੁਹਾਨੂੰ ਪਛਾਣ ਗਿਆ ਸਹੀ ਨਿਗਰਾਨੀ ਵਾਲੀ ਇੱਥੇ ਬਾਲੀ ਹੋ ਜਾਣਾ ਤਾਂ ਸਾਨੂੰ ਨਿਗਰਾਨੀ ਸਹੀ ਨਾ ਕਰਨਾ ਮਾਸ਼ਾ ਅਸਲਾਮ ਵਾਲੇਕੁਮ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਜਬ ਸੇ ਇਸਕੇ ਸਾਥ ਲੱਗਿਆ ਨਾ ਦੁਕਾਨ ਬੰਦ ਕਰ ਦਿਆ ਬਸ ਕੀ ਕਰ ਰਹੇ ਨਾ ਬਦਰ ਕੇ ਬਾਅਦ ਮਜ਼ਦੂਰੀ ਕਰ ਰਹੇ ਅੱਜ ਕੱਲ ਮਜ਼ਦੂਰੀ ਕਰ ਰਹੇ ਠੀਕ ਹੈ ਸਬਜ਼ੀ ਕੇ ਬਾਅਦ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਪਛਾਣ ਕੀ ਰਹੇ ਹੋ ਖੁਸ਼ ਹੋ ਹੋਰ ਜੀ ਪਾਣੀ ਛੱਡਿਆ ਨਾ ਤੱਤਾ ਹੋਇਆ ਤਾਂ ਬਹਿ ਖਾਨ ਸਾਹਿਬ ਪੜੀ ਇਨਸਾਨ ਹੈ ਤਾਜ਼ਾ ਤਾਜ਼ਾ ਮਾਸ਼ਾਅੱਲਾ ਸੋ ਚੈੱਕ ਕਰੋ ਜੀ ਵਰਾਟੀਆਂ ਖਾਨ ਸਾਹਿਬ ਹੋਣੀ ਥਾ ਦੁਕਾਨ ਹੈ ਅੱਜ ਕੱਲ੍ਹ ਮਾਲੇ ਬਾਜ਼ਾਰ ਹੀ ਸੇਬ ਹੀ ਚੱਲਣਾ ਨਾਲ ਕੇਲੇ ਫਰੈਸ਼ ਫਰੈਸ਼ ਮਾਸ਼ਾਅੱਲਾ ਤਾਂ ਨਾਲ ਅਸਾਂ ਤੱਕ ਜੀ ਤਾਜ਼ੀ ਤਾਜ਼ੀ ਸਬਜ਼ੀ ਸਬਜ਼ੀ ਜਿਹੜੀ ਨਾ ਲਈ ਹੋਈ ਉਹ ਕੱਟ ਲਈ ਤਾਂ ਕਿ ਦੂਰ ਹੋਵਾਂ ਤਾਂ ਕਿ ਅੱਛਾ ਅੰਦਰ ਨਹੀਂ ਨਾ ਤੱਕਾ ਤਾਂ ਕਿ ਦੂਰ ਕਹਿ ਲੱਸੀ ਅੱਜ ਕਹਿ ਨਹੀਂ ਲੱਭਣ ਗਿਆ ਇਹ ਪਹਿਲਾ ਜੁਮਾ ਪੜਨੇ ਸੇ ਜੁਲਿਆ ਉਮਰ ਖਾਨ ਇਹ ਮਾਲੇ ਆਖਣੇ ਜੁਲਿਆ ਵੈਸੇ ਜਾਣਾ ਕੋਈ ਹੋਣਾ ਅੱਜ ਇਨਕਾ ਸ਼ਰਕਾ ਵੀ ਸੁਰੱਖਿਆ ਹੋਈਆਂ ਬਟਵੇ ਛਟਵੇ ਰੱਖੇ ਹੋਏ ਇੱਕ ਸਾਰੇ ਲੁੱਟੇ ਹੋ ਸਨ ਬੰਦ ਕਰੋ ਸਰ ਟੇਮ ਨਾਲ ਬੰਦ ਕਰੋ ਬੰਦ ਕਰੋ ਤਾਲਾ ਲਾਓ ਅੱਜ ਪਹਿਲਾ ਜੁਮਾ ਸੇ ਪੜਾਉਣਾ ਹੈ ਤੁਹਾਡੇ ਨਾਲ ਜਾ ਕੇ ਪਰਸੀ ਨਾ ਪਰਸੀ ਨਾ ਤੂੰ ਦੁਕਾਨ ਬੰਦ ਕਰ ਸਕਦਾ ਹੈ ਇਹ ਬੰਦ ਨਹੀਂ ਕਰ ਸਕਦਾ ਇਹ ਬੰਦ ਕਰ ਰਹੀ ਨੇ ਨਮਾਜ਼ ਅਜੇ ਤੱਕ ਇਸ ਇਹਦੀ ਨਮਾਜ਼ ਕੋਈ ਪੜਿਆ ਤੇ ਇਹ ਅਜੇ ਨਮਾਜ਼ ਕਿਹੜੀ ਪੜਿਆ ਅਲਾ ਜੁਮਾ ਤੋਂ ਪੜਾਉਣਾ ਜੁਮਾ ਪੜਾਉਣਾ ਕੀ ਹੋ ਗਿਆ ਮੈਂ ਚਲਾ ਜਾਣਾ ਅਲਾ ਮੈਂ ਆਇਆ ਆ ਸਲੀਮ ਖਾਨ ਜਾਣਾ ਜੀ ਅਸੀਂ ਮੈਂ ਜੁਮਾ ਪੜਨਾ ਸਭ ਪੜੇ ਨਹੀਂ ਗਿਆ ਕੀ ਵਜ੍ਹਾ ਅਨਾਰ ਖਾਨ ਨਾ ਮੁੜਾ
ਮਾਸ਼ਾਅੱਲਾ ਸਾਨੂੰ ਚੈੱਕ ਕਰੋ ਜੀ ਬਾਜ਼ਾਰੇ ਇਸ ਵੇਲੇ ਸਬਜ਼ੀ ਲੱਗੀ ਰਹੀ ਹੈ ਤਾਜ਼ੀ ਤਾਜ਼ੀ ਇਹ ਆ ਰੇੜੀ ਹੈ ਅੱਛਾ ਉਹ ਰੇੜੀ ਬਾਖ ਹੈ ਜੀ ਇਹ ਰੇੜੀ ਬਾਖ ਹੈ ਇਹ ਦੇ ਸਕੇ ਹੀ ਹੈ ਮਾਰੇ ਹਾਲੇ ਤਾਂ ਮਾਸ਼ਾਅੱਲਾ ਸਾਨੂੰ ਚੈੱਕ ਕਰੋ ਜੀ ਆਪਣੇ ਬਾਹਣੀਆਂ ਇੱਥੇ ਇਹ ਸਬਜ਼ੀ ਬੈਂਗਣ ਤੋੜੀ ਇਹ ਕੈਸੀ ਹੈ ਕਹਿੰਦੇ ਭਿੰਡੀ ਭਿੰਡੀ ਹਰ ਸਾਹਿਬ ਇੱਕ ਨਿੱਚਾ ਟੇਬਿਆ ਨੇ ਉਸੇ ਚ ਮਾਸ਼ਾਅੱਲਾ ਮਾਸ਼ਾਅੱਲਾ ਪੱਕਾ ਹੀ ਤਾਂ ਬੰਦਾ ਖਾਣਾ ਨਾ ਸਾਹਿਬ ਖਾਣ ਹੋਣੀ ਆ ਨਵੇਂ ਆਇਓ ਨਵੇਂ ਆਇਓ ਪੁਰਾਣੇ ਖਾਦਮਾਬਾਦ ਨਵੇਂ ਆਇਓ ਅੱਗੇ ਕਿੱਥੇ ਹੋਣੇ ਸੋ ਜੀ ਅੱਗੇ ਕਿਹੜੀ ਜਗ੍ਹਾ ਹੋਣੇ ਸੋ ਸਰਸੁਬਾ ਸ਼ਾਹ ਇਹ ਮਰਹਲੇ ਕਿਆ ਆਏ ਹੋ ਸੋ ਕੋਲੇ ਮਾਲੇ ਦੋ ਮਹੀਨਿਆਂ ਬਾਅਦ ਅੱਛੇ ਹੋ ਕਿਆ ਨਾਂ ਸੀ ਫਰਮਾਨ ਉਹ ਨਾ ਫਰਮਾਨ ਉਹ ਜਹਾਜ਼ ਹੈ ਤਾਂ ਉਹ ਕਮਰਾਨ ਹੈ ਸਾਰੀ ਹੈ ਬੰਦਾ ਠੀਕ ਹੈ ਇਹ ਜਹਾਜ਼ ਹੈ ਚਲੋ ਜੀ ਚਲੋ ਜਲੋ ਨਮਾਜ਼ ਪੜ੍ਹੋ ਤਾਂ ਅਸਾਂ ਨਿਗਰਾਨੀ ਕਰਨੇ ਆ ਇਸ ਲਈ ਤਮਾਸ਼ਾ ਹਾਲ ਸਾਹਿਬ ਆਉਂਦਾ ਨਮਾਜ਼ ਜੁਮਾ ਵਾਸਤੇ ਖਾਦਮਾਬਾਦ ਨਮਾਜ਼ ਜੁਮਾ ਪੜ੍ਹੇ ਮੈਂ ਆਈ ਗਿਆ ਜੀ ਜੁਮਾ ਬਾਜ਼ਾਰ ਅੱਜ ਰੋਡਾਂ ਦੇ ਸੈਂਟਰ ਵਿੱਚ ਸਬਜ਼ੀ ਵਿਕੀ ਰਹੀ ਹੈ ਬੋਲੀਆਂ ਮਾੜੀ ਮਾੜੀ ਦਾ ਇਸ ਘਰ ਵੀ ਅੱਛਾ ਸੀ ਆ ਉਹ ਇਸ ਵਾਲੀਆਂ ਕਿਉਂਕਿ ਇੱਥੇ ਬੰਤੀ ਆ ਪੁਲੀ ਔਰ ਸਾਡਾ ਪਿਆ ਹੋਇਆ ਮਲਵਾ ਮਲਵਾ ਜਿਹਦਾ ਪਿਆ ਹੋਇਆ ਤੁਸੀਂ ਪਤਾ ਉੱਥੋਂ ਰਸਤਾ ਬੰਦ ਹੀ ਜਾਣਾ ਉੱਥੋਂ ਇਹ ਸੈਂਟਰ ਜਿਹਾ ਖਾਲੀ ਤਾਂ ਰੋਡਾਂ ਨੇ ਖੇਚੀ ਰਹੇ ਜੀ ਸਾਰੇ ਅੰਕਲ ਔਰ ਜੇ ਰਹੇ ਜੀ ਇੰਗਲੈਂਡ ਮਾਸ਼ਾਅੱਲਾ ਅਸਲਾਮ ਵਾਲੇਕੁਮ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਅੱਜ ਜੁਮਾ ਪੜ੍ਹੀ ਆਇਓ ਕਿਵੇਂ ਜਮਾ ਸਰ ਛੱਡਦੇ ਜਾ ਰਹੇ ਹੋ ਇਨਸ਼ਾਅੱਲਾ ਕੈਸਾ ਟਾਈਮ ਗੁਜ਼ਰਿਆ ਟਾਈਮ ਇੱਥੇ ਕੈਸਾ ਗੁਜ਼ਰਿਆ ਜੀ ਚਲੋ ਠੀਕ ਹੈ ਬਾਏ ਖੁਦਾ ਹਾਫਿਜ਼ ਫਿਰ ਇਨਸ਼ਾਅੱਲਾ ਮੁਲਾਕਾਤ ਹੋਸੀ ਹੈ ਠੀਕ ਥੋੜ੍ਹਾ ਰਾਬਤਾ ਹੋਸੀ ਹੈ ਇਨਸ਼ਾਅੱਲਾ ਵਾਪਸ ਅਸਲਾਮ ਵਾਲੇਕੁਮ ਹੋਰ ਸੁਣਾਓ ਸਰ ਠੀਕ ਹੈ ਮੋਟੇ ਹੀ ਹੋਣੇ ਜਿਹੜੇ ਉਹ ਦਾਦਰ ਹੈ ਕਿਆ ਕਰੀਏ ਦਾਦਾ ਮੋਟਾ ਹੀ ਹੋਣਾ ਬਰਾਬਰ ਹੈ ਨਹੀਂ ਤਰਫ ਜੇ ਵਾਲਿਕੁਮ ਸਲਾਮ ਕਿਆ ਹੈ ਠੀਕ ਹੋ ਸਰ ਠੀਕ ਹੈ ਜੀ ਪੜੀ ਆਇਓ ਸਭ ਪੜੀ ਆਇਓ ਮੁਬਾਰਕ ਨੇ ਚੁਕੇ ਨਹੀਂ ਤਾਂ ਜਮਕ ਨਿਕਲੀ ਜਾਣੀ ਦਾਦਰ ਹੈ ਚਮਕ ਕੱਢ ਰਿਹਾ ਪਿਓ ਦਾਦਰ ਹੈ ਠੀਕ ਹੈ ਜੀ ਬਾਕੀ ਸਾਹਿਬ ਅਗਰ ਬਜ਼ਾਰਾਂ ਦੀ ਸੂਰਤ ਹਾਲ ਚੱਕ ਕਰੋ ਜੇ ਸਹੀ ਬਜ਼ਾਰਾਂ 'ਚ ਰਸ਼ ਹੀ ਰਸ਼ ਨਜ਼ਰ ਚੜਾ ਕਿਆ ਕਿ ਜੁਮੇ ਲਈ ਆਵਾਮ ਸਾਰੀ ਜੁਮਾ ਪੜੀ ਦਾ ਹੁਣ ਜੇ ਰਿਹਾ ਜੀ ਘਰੋਂ ਨਹੀਂ ਤੁਰਫ ਜਾਂ ਰਸ਼ ਹੋਣਾ ਜੁਮੇ ਤੋਂ ਬਾਅਦ ਹੀ ਹੋਣਾ ਪਹਿਲੋ ਨਹੀਂ ਹੋਣਾ ਪਹਿਲੋ ਜਿਹੜੀ ਆਵਾਮ ਜਾਣੀ ਨਾ ਉਹ ਸਿੰਗਲ ਸਿੰਗਲ ਜਾਣੀ ਆ ਜਾਂ ਡਬਲ ਡਬਲ ਜਾਣੀ ਆ ਅਤੇ ਸਹਿ ਹੋਣਾ ਜਾਂ ਸਿਸਟਮ ਆਫਿਸ ਵਾਲਾ ਇਕੱਠਾ ਮਿਲਣਾ ਜੁਲਾ ਹੋਣਾ ਕਿਆ ਕਿ ਆਵਾਮ ਸਾਰੀ ਇਕੱਠੀ ਨਿਕਲਣੀ ਆਪਾਂ ਫਿਰ ਰਸ਼ ਤਾਂ ਹੋਈ ਜਾਣਾ ਸ਼ੇਰੂ ਜੱਟ ਫਸੀ ਆ ਜੀ ਰਸ਼ਾ ਵਿੱਚ ਗੱਡੀ ਦਾ ਨਾਂ ਹੈ ਜੀ ਸ਼ੇਰੂ ਜੱਟ ਗੁਲਾਲ ਸ਼ਰੀਫ ਇਹ ਹੁਣ ਇੱਥੋਂ ਕਿਆ ਨਿਕਲਸੀ ਆ ਤਾਂ ਫਿਰ ਕਿਤੇ ਟਿਕਾਣੇ ਲੱਗਸੀ ਆ ਇਸ ਨੇ ਫਰੰਟ ਪਰ ਲਿਖਿਆ ਜੀ ਸ਼ੇਰੂ ਜੱਟ ਫਸ ਗਿਆ ਜੀ ਰੈਸ਼ ਵਿੱਚ ਵਾਹ ਜੀ ਵਾਹ ਸ਼ੇਰੂ ਜੱਟ ਦੇ ਰਿਹਾ ਜੀ ਠੀਕ ਓਕੇ ਸ਼ੇਰੂ ਜੱਟ ਨਿਕਲ ਗਿਆ ਜੀ ਇਹ ਸ਼ੇਰੂ ਜੱਟ ਉਹ ਹੈ ਜਿਸ ਦੀਆਂ ਲੱਤਾਂ ਕੋਣੀਆਂ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਇਹ ਸ਼ੇਰੂ ਜੱਟ ਜਿਹੜਾ ਹੈ ਜੀ ਉਹ ਪਹਿਲਾਂ ਵਾਲਾ ਪਹਿਲਾਂ ਵਾਲਾ
ਤਾਜ਼ਾ ਮਾਲ 100 ਰੁਪਏ ਦਾ, ਪੁਰਾਣਾ ਮਾਲ ਮਾਸ਼ਾਅੱਲਾ, ਭਿੰਡੀ 100 ਰੁਪਏ, ਠੀਕ ਹੈ ਜੀ, 100 ਰੁਪਏ ਭਿੰਡੀ ਆ ਜੀ, ਆਹ ਪਾਪਾ ਹੋਰ ਕਿੰਨਾ ਗਏ ਆਪਣੇ ਬਾਗਾਂ ਦੀ ਤਾਜ਼ਾ ਭਿੰਡੀ ਆ, ਮਾਸ਼ਾਅੱਲਾ ਸੋ ਚੈੱਕ ਕਰੋ ਜੀ, ਭਿੰਡੀ ਆ ਸਾਰੀ ਚੈੱਕ ਕਰੋ, ਭਿੰਡੀ ਜਿਹੜੀ ਆ ਜੀ ਉਹ ਸਾਰੀ ਲਵੀ ਹੈ, ਮਿਕਸ ਹੈ, ਕੋਈ ਦਾਣਾ ਸਾਣਾ ਨਹੀਂ ਹੈ ਇਸ ਦੇ ਅੰਦਰ, ਆਮ ਜਾਂ ਖਾਣਾ ਪਸੰਦ ਕਰਨੀ ਜੋ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਲਵੀ ਲਵੀ ਭਿੰਡੀ ਖਾਣਾ ਪਸੰਦ ਕਰਨਾ ਹੋਊਗਾ ਜੀ, ਬੜੀ ਹੋਈ ਜਾਂ ਤਾਂ ਫਿਰ ਗਲਿਓਂ ਬੁੱਲ ਲੈਣੀ ਵੀ ਨਹੀਂ ਆ, ਉਹੀ ਲੈਣੀ ਆ, ਗਲੇ ਵਿੱਚ ਫਸਣੀ ਆ, ਮਾਸ਼ਾਅੱਲਾ ਸਾਹਿਬ ਚੱਕ ਕਰੋ ਜੀ, ਹਲਵਾਬਾਦ ਬਾਜ਼ਾਰ ਨਾ ਵਿਓ, ਬਹੁਤ ਹੀ ਪਿਆਰਾ ਵਿਊ ਆ ਜੀ, ਕਾਲਾ ਠੀਕ ਹੋ, ਬਾਬਾ ਰਸਤਾ ਦੱਸਣ ਫਿਰ ਅਸਾਂ ਪਾਰ ਜਾਸਾਂ, ਅਸਲਾਮ ਵਾਲੇਕਮ, ਅੱਲਾ ਸ਼ੁਕਰ ਸਰ ਸੋਸੇ ਠੀਕ ਹੈ, ਨਾ ਕੋਈ ਨਹੀਂ ਪਿਛਲੇ ਸਾਲ ਆਇਆ ਸੀ, ਠੀਕ ਹੈ ਓਕੇ ਖੁਦਾ ਹਾਫਿਜ਼, ਮਾਸ਼ਾਅੱਲਾ ਸਾਹਿਬ ਚੱਕ ਕਰੋ ਜੀ, ਖਾਦਮਾ ਬਾਦ ਬਾਜ਼ਾਰਾਂ ਦੀਆਂ ਰੌਣਕਾਂ, ਜੁੰਮੇ ਸੂਬ ਬਾਦ ਜਾਂ ਰੌਣਕਾਂ ਕੁਸਾ ਕੁਸਾ ਬਾਜ਼ਾਰਾਂ 'ਚ ਹੀ ਲੱਗੀਆਂ, ਸਾਰੀਆਂ ਬਾਜ਼ਾਰਾਂ 'ਚ ਨਹੀਂ ਲੱਗੀਆਂ, ਉਹ ਰੌਣਕਾਂ ਜਿਹੜੀਆਂ ਹਨ ਜੀ ਉਹ ਹੈ ਸਬਜ਼ੀਆਂ ਦੇ ਭਾਪੇ, ਫਰੂਟਾਂ ਦੇ ਭਾਪੇ ਜਿਹੜੇ ਇੱਛਣੇ ਨਾ ਉਸ ਦੀ ਵਜ੍ਹਾ ਸੂ ਹੈ, ਕਿੰਨਾ ਕੋਈ ਮਾਲ ਜਿਹਾ ਹੋਣਾ ਔਰ ਤਾਜ਼ਾ ਹੋਣਾ ਤਾਂ ਦੂਸਰਾ ਥੋੜ੍ਹੀ ਜਿਹੀ ਗੁੰਜਾਇਸ਼ ਹੋਣੀ ਆ ਉਸ ਵਿੱਚ, ਦੂਸਰੇ ਭਾਪਿਆਂ ਨੇ ਨਿਸਬਤ ਜਿਹੜੇ ਬਾਜ਼ਾਰੇ 'ਚ ਸਬਜ਼ੀ ਫਰੂਟ ਵੇਚਣੇ, ਕਿਆ ਹਾਲ ਹੈ ਜੀ, ਠੀਕ ਹੈ, ਖੈਰ ਮੁਬਾਰਕ ਸਾਹਿਬ ਜੀ, ਮੁਬਾਰਕ ਹੋਇਆ, ਹੋਰ ਸੁਣਾ ਉਸੇ ਠੀਕ ਹੈ, ਬੜੇ ਸਾਹਿਬ ਮੁਲਾਕਾਤ ਹੋਈ ਆ ਸੁਣਾ, ਮੈਂ ਜ਼ਿਆਦਾ ਜਵਾਨ ਹੋਣੇ ਜਾਣੇ ਉਸ, ਹੋਰ ਸੁਣਾਓ ਕੈਸੇ ਦਿਹਾੜੀ ਗੁਜ਼ਰੀ ਰਹੇ, ਬਹੁਤ ਸੋਹਣੇ ਦਿਹਾੜੇ ਗੁਜ਼ਰੀ ਰਹੇ, ਤਾਂ ਬਾਕੀ ਆ ਪਿੱਛੇ ਰੋਡ ਨੇ ਪੁਲੀ ਸ਼ੁਲੀ ਬਣਤੀ ਹੈ, ਪੂਰੀ ਨਵੀਂ ਹੁਣ ਤਿਆਰ ਹੋਈ ਗਈ, ਰੋਡ ਮੁਕੰਮਲ ਹੋਣਾ ਜਾਣਾ, ਰੋਡ ਦਾ ਮੁਕੰਮਲ ਹੋਇਆ ਪਿਛਲੇ ਬਾਗ ਚੜੀ ਹੋਈ ਸੀ, ਪਤਾ ਲੱਗਾ ਸੀ, ਅੱਛਾ ਅੱਛਾ, ਤਾਂ ਹੁਣ ਪੁਲੀ ਬਣਤੀ ਆ, ਉਸ ਤੋਂ ਬਾਅਦ ਫਿਰ ਪਤਾ ਲੱਗ ਸੀ, ਖਾਦਮਾ ਬਾਦ ਨੀ ਐਡੀਆਂ ਮਸ਼ੀਨ ਵੀ ਬੰਦ ਹੋਈ ਗਈ ਆ, ਖਰਾਬ ਹੋਈ ਗਈ ਆ, ਉਹ ਠੀਕ ਹੋਈ ਗਿਆ ਸੀ, ਅਲੱਗ ਅਸੀਂ ਉਹ ਠੀਕ ਰਾਸਨ ਨਾ, ਜਿਸ ਬਾਦਸ਼ਾਹ ਸਾਹਿਬ ਪੈ ਨਹੀਂ ਜਾਂਦਾ, ਫਿਰ ਇਸੇ ਚੀਜ਼ ਛੱਤਾਂ ਖੰਨਾ ਵੈਸੇ, ਫਿਰ ਵਸੀਮ ਬਾਈ ਵੀ ਕਵਰੇਜ ਕਰੀ ਰਹੇ ਜੀ, ਮਾਸ਼ਾਅੱਲਾ, ਕਿਆ ਜੀ ਠੀਕ ਹੋ ਸਰ, ਠੀਕ ਹੈ, ਅੱਲਾ ਸ਼ੁਕਰ, ਕਵਰੇਜ ਕਿਸ ਕੋਲ ਪਹੁੰਚੀ ਹੈ, ਥੋੜ੍ਹੀ ਜਿਹੀ ਰਹੇਗੀ, ਅਜਾ ਕਸਰ ਰਹੇਗੀ ਆ, ਇਹ ਠੀਕ ਹੁਣ ਆਖਰ ਜਿਹੜੀ ਰਹਿ ਗਈ ਸਲਾਮ ਵਾਲੀ ਦੀ ਆਵਾਮ ਰਹਿ ਗਈ, ਉਹ ਬਾਕੀ ਆਵਾਮ ਆਲਮੋਸਟ ਸਾਰੀ ਚੱਲੀ ਗਈ ਆ, ਅੱਲਾ ਹੈ, ਅੱਲਾ ਹੈ, ਰਾਜਾ ਜੀ ਬੜਾ ਡਰ ਸੌ ਲਾਉਣਾ, ਬੜਾ ਡਰ ਲਾਉਣਾ, ਅੱਗੇ ਸਾ ਗੱਡੀ ਨੇ ਹੱਥ ਤੀਜਾ ਸੀ, ਹੁਣ ਮੈਂ ਲਾਉਣਾ ਮੋਟਰਸਾਈਕਲ 8 ਦੇ ਸੋ ਰਕਸ਼ੇ 8, ਇਹਨਾਂ ਉਹ ਡਰ ਲਾਉਣਾ ਵੀ ਕੀ,
ਇਹ ਗੱਲ ਮੈਂ ਗੱਡੀ ਨੇ ਥੱਲਾ ਦਿੱਤਾ ਉੱਥੇ ਤਾਂ ਹੁਣ ਅੱਜ ਕੱਲ੍ਹ ਇੰਨਾ ਰਕਸ਼ਾ ਕਿੰਦਾ ਤਾਂ ਰਕਸ਼ਾ ਨੇ ਥੱਲਾ ਦੇਵਾਂ ਤਾਂ ਇਸ ਵਜ੍ਹਾ ਤੋਂ ਮੈਂ ਡੰਡਾ ਜਾਂ ਦੂਰ ਹੀ ਰਹਿਣਾ ਇਹਨਾਂ ਨੂੰ ਹੁਣ ਮੈਂ ਸ਼ਾਪਿੰਗ ਕਰੀਦਾ ਆਲਮੋਸਟ ਹੀ ਘਰਾਂ ਦੀ ਤਰਫ ਜੇ ਰਹੀ ਆ ਅਸਾਂ ਜਿਸਾਂ ਘਰਾਂ ਦੀ ਤਰਫ ਕਿਉਂਕਿ ਰਸ਼ ਘਟਣਾ ਜਾਣਾ ਥੋੜ੍ਹਾ ਜਿਹਾ ਕੰਮ ਹੈ ਨਾ ਉਹ ਰਸ਼ਾ ਨਾ ਲੈ ਰਸ਼ਾ ਤੋਂ ਬਗੈਰ ਸਲਾਮ ਕੰਮ ਪਹਿਲਾਂ ਠੀਕ ਹੋ ਸਰ ਠੀਕ ਹੈ ਠੀਕ ਹੋ ਸਾਂ ਤੱਕਾਂ ਜੀ ਰਸ਼ ਨਹੀਂ ਵਜ੍ਹਾ ਸਗੋਂ ਟਰੱਕਟਰ ਗੱਡੀਆਂ ਫਸੀ ਗਏ ਪਾਪਾ ਟਰੱਕ ਨਾਲ ਵੀ ਅੱਗੇ ਜਾਣਾ ਪਿਆ ਪਿੱਛੇ ਨਹੀਂ ਕਰਨਾ ਪਿਆ ਇਹ ਮਾਸੀ ਆ ਠੋਕਸੀ ਹੈ ਅਲਾ ਹੈ ਰਿਹਾ ਉਹਦੇ ਪਾਪੇ ਨਾਲ ਗੱਡੀ ਵਿੱਚ ਗਈਆਂ ਤਾਂ ਮੰਝਾਂ ਲਈਦੇ ਆ ਪਿੱਛਾ ਉਹਨਾਂ ਵੀ ਕੋਲ ਕੀਤੀ ਤਾਂ ਟਰੱਕ ਵਾਲੇ ਪਾਪੇ ਵੀ ਵਿੱਚ ਟਰੱਕਟਰ ਬਾੜੀ ਖੜਿਆ ਉਹਨਾਂ ਆਇਆ ਰਸਤਾ ਖੁੱਲ੍ਹਿਆ ਰੋਡ ਨਵੀਂ ਬਣਤੀ ਆ ਬਾੜੀ ਖੜਾ ਆ ਡੰਗਰਾਂ ਵਾਲੇ ਜਾਣਾ ਪੈਣਾ ਇਹਨਾਂ ਦਾ ਮੋਟਰਸਾਈਕਲਾਂ ਵੀ ਲੱਦੇ ਹੋਣੇ ਨਾ ਇਹ ਤਾਂ ਫਿਰ ਗੱਡੀ ਪਾਉਣੇ ਪਏ ਕੀ ਹੈ ਗੱਲ ਨਾ ਬਿਲਕੁਲ ਜੀ ਹੈ ਗੱਲ ਅੱਛਾ ਦਿਓ ਸੀ ਅੱਛਾ ਦਿਓ ਹੋਰ ਰਸਤਾ ਬਲੱਕ ਨਾ ਕਰੋ ਹੈ ਅੱਲਾ ਹੈ ਅਸਾਂ ਚੈੱਕ ਕਰੋ ਜੀ ਫੋਰਡ ਗੱਡੀ ਉਸ ਵਿੱਚ ਮੰਝਾਂ ਜਾਂ ਦੋ ਦਿਨੀਆਂ ਨਜ਼ਰ ਕੋਣੀ ਛੀਆਂ ਪਈਆਂ ਗੱਡੀ ਦੀ ਵਜ੍ਹਾ ਤੋਂ ਪਿੱਛਾ ਸੂਰਤ ਹਾਲ ਕਿਆ ਬਣੀ ਗਿਆ ਇਸ ਲਈ ਮੈਂ ਰੋਡ ਪੂਰੀ ਨਹੀਂ ਪੂਰੀ ਬਲੱਕ ਹੋਈ ਵੀ ਆ ਕੋਈ ਕਸਰ ਕੌਣ ਬੱਚੀ ਕੋਣੀ ਆ ਉਹਨੇ ਗੱਡੀ ਤੋਂ ਨਿਕਲੀ ਤਾਂ ਗਈ ਆ ਫਿਰ ਵੀ ਰਸਤਾ ਬਣਤਾ ਤਾਂ ਮੋਟਰਸਾਈਕਲ ਵਾਲੇ ਗੱਡੀਆਂ ਵਾਲੇ ਪਾਪੇ ਇੱਥੋਂ ਗੁਜ਼ਰੀ ਤਾਂ ਅੱਗੇ ਜੇ ਰਹੇ ਜੀ ਅਗਰ ਸੰਗੀ ਹਰਮਾਬਾਦ ਬਦਾਰੇ ਸੂਰਤ ਹਾਲ ਚੱਕ ਉਸ ਵਿੱਚ ਹੁਣ ਰਸ਼ ਨਾ ਹੋਣੇ ਨੇ ਬਰਾਬਰ ਹਵਾ ਮਿੱਥਾ ਰਹੇਗੀ ਆ ਉੱਕੀ ਦੁੱਕੀ ਇਹ ਉਹ ਹਵਾ ਬੜੇਗੀ ਆ ਜਿਹੜੀ ਥਾਂ ਬਾਜ਼ਾਰੇ 'ਚ ਬੈਸੀ ਆ ਆਰਾਮ ਕਰਸੀ ਆ ਰਸ ਕਰਸੀ ਆ ਚਾਹ ਪੀਸੀ ਆ ਅਤੇ ਕੱਪ ਲਾਸੀ ਆ ਤਾਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਔਰ ਪਿਆਰਾ ਬਾਜ਼ਾਰ ਆ ਜੀ ਫਾਤਮਾ ਬਾਜ਼ਾਰ ਜਿਹੜਾ ਇੱਥੇ ਇੱਕ ਵਾਰੀ ਛਣਾਉਣਾ ਫਿਰ ਉਹ ਰੋਜ਼ ਹੀ ਰੋਜ਼ ਇੱਥੇ ਛਣਾ ਹੋਰ ਸਭ ਬਾਜ਼ਾਰੇ ਫਿਰ ਨਹੀਂ ਜਾਣਾ ਉਹ ਇੱਥੇ ਹੀ ਛਾ ਸ਼ਾਪਿੰਗ ਕਰਨੇ ਵਾਸਤੇ ਦੱਸੋ ਫਾਈਨਲੀ ਬਾਜ਼ਾਰ ਐਂਡ ਹੋਈ ਗਿਆ ਤਾਂ ਉਹਨਾਂ ਸਾਰੀਆਂ ਤਿਆਰੀਆਂ ਜਿਹੜੀਆਂ ਹੋਈਆਂ ਜੀ ਉਹ ਕੜਾਈ ਤਰਫ ਹੋਈਆਂ ਇੱਥੇ ਉਹਨਾਂ ਸਾਂ ਤੱਕ ਨਾ ਮੋਟਰਸਾਈਕਲ ਸੰਗ ਇੱਥੇ ਨਜ਼ਰ ਆਈ ਰਿਹਾ ਨਾ ਹੀ ਗੱਡੀ ਨਜ਼ਰ ਆਈ ਰਹੀ ਹੈ ਕਿਉਂਕਿ ਹਵਾਵਾਂ ਚੱਲੀ ਗਈ ਆ ਜੀ ਕੜਾਈ ਤਰਫ ਤਾਂ ਸਾਨੂੰ ਜਿਸਾਂ ਕਾਰ ਅਗਰ ਅੱਜ ਨੂੰ ਵੀਡੀਓ ਦੌਰਾਨ ਕਿਸੇ ਨੇ ਗਲਤੀ ਕੀਤੀ ਹੋਈ ਤਾਂ ਮਾਫ਼ ਕਰ ਤਾਂ ਬਹੁਤ ਜਲਦ ਸਾਨੂੰ ਇੱਕ ਦੋ ਨਵੀਂ ਵੀਡੀਓ ਨਾਲ ਆ ਜਾਓ ਸਾਂ ਤਦ ਤੱਕ ਦੱਸੋ ਇਜਾਜ਼ਤ ਇਮਾਨ ਅੱਲਾ।